ਅਸੀਂ ਤੇ ਫਸੇ ਆ ਤੇ ਜਿਹੜਾ ਗਰੀਬ ਬਿਰਾਹ ਵਿੱਚ ਫਸਦਾ ਅੱਜ ਕੁਝ ਵੀ ਨਹੀਂ ਤੇ 20 ਦਿਨ ਹੋ ਚਲੇ ਨਾ ਅਗਲੇ ਕੋਈ ਮੁੜ ਕੇ ਰਾਤੇ ਤੁਸੀਂ ਆਪਣੀ ਮਸ਼ੀਨ ਤੇ ਆਸੋ ਹੀ ਨਹੀਂ ਤੇ ਤੁਸਾਂ ਕੀ ਪਤਾ ਕਿ ਸਿਹੜੀ ਮਸ਼ੀਨ ਕੀ ਪਈ ਕਰੇਗੀ ਸਾਡੇ ਗੱਲ ਸ਼ਵਾਸ ਜੀ ਗੇਟ ਕਰੋ ਬਫੌਤੀ ਹੋਈ ਪਈ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਕੋਈ ਵੀ ਦੋਸਤ ਹੈ ਜਿਹੜਾ ਇਲੀਆ ਸਾਂ ਜਾਣਨਾ ਤੇ ਉਹ ਈ ਵੀਡੀਓ ਸਾਂ ਵਿਖਾਏ ਜੀ ਉਸਾਂ ਸ਼ੇਅਰ ਕਰੇ ਜੀ ਵੀਡੀਓ ਤਾਂ ਕਿ ਇਹਨਾਂ ਦੀ ਆਵਾਜ਼ ਜਿਹੜੀ ਉਸ ਤੱਕ ਪਹੁੰਚੇ 0333 ਹਾਂਜੀ 866-5584 ਨਾਮ ਮੈਡਮ ਮੁਹੰਮਦ ਇਸਲਾਮ ਹੈ ਇਹ ਵੀਡੀਓ ਜ਼ਿਆਦਾ ਸ਼ੇਅਰ ਕਰਨੀ ਜੀ ਕਿਉਂਕਿ ਇਹ ਇੱਕ ਵੀਡੀਓ ਐਸੀ ਜਿਹੜਾ ਇੱਕ ਸਬਕ ਹੈ ਦੂਸਰੇ ਬੰਦੇ ਨੂੰ ਅਊਜ਼ੁਬਿੱਲਾਹ ਮਿਨ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਐਦਰ ਵਲੌਗਜ਼ ਮੂਰਤ ਨਹੀਂ ਇੱਕ ਨਵੀਂ ਵੀਡੀਓ ਗਿਣ ਕੇ ਜੀ ਤੁਸਾਂ ਦਾ ਦੋਸਤ ਔਰ ਤੁਸਾਂ ਦਾ ਬਿਰਾ ਇਸ਼ਤਿਆਕ ਐਦਰ ਬਰਾਵਾਂ ਦੀ ਖਿਦਮਤ ਤੇ ਜਾਜ਼ਰ ਹੈ ਦੋਸਤੋ ਅੱਜ ਨਹੀਂ ਜਿਹੜੀ ਵੀਡੀਓ ਜੀ ਇੱਕ ਹੋਰ ਨਵਾਂ ਰੇਪਰ ਬਾਈਂਡਰ ਹੈ ਨਵੀਂ ਕੋਪਣੀ ਨਾ ਕੋਪਣੀ ਨਹੀਂ ਹੈ ਬਲਕਿ ਇੱਕ ਬੰਦਾ ਘਰ 'ਚ ਹੀ ਕੰਮ ਕਰਨ ਵਾਲਾ ਅਤੇ ਉਸਦਾ ਹੀ ਰੇਪਰ ਬਾਈਂਡਰ ਬਣਿਆ ਵਾ ਜੀ ਅਤੇ ਮੈਂ ਦੋਸਤਾਂ ਨਾਲ ਵਾਅਦਾ ਕੀਤਾ ਕਿ ਇਨਸ਼ਾਅੱਲਾ ਮੈਂ ਅਗਰ ਕਦੇ ਉਹ ਪਤਾ ਲੱਗਾ ਰੀਪਰ ਬਾਈਂਡਰ ਨਾਲ ਤਾਂ ਉਸ ਲਈ ਮੈਂ ਜ਼ਰੂਰ ਵੀਡੀਓ ਦੇ ਸਾਂ ਅਤੇ ਇਹ ਜਿਹੜੇ ਰੀਪਰ ਬਾਈਂਡਰ ਹੈ ਜੀ ਇਹ ਖੁਸ਼ਾਬ ਨੇ ਵਿੱਚ ਇੱਕ ਪਿੰਡ ਹੈ ਨਲੀ ਨਾੜੀ ਇਹ ਉੱਥੇ ਇੱਕ ਪਿੰਡ ਹੈ ਜੀ ਖੁਸ਼ਾਬ ਤੋਂ ਪਹਿਲੇ ਕਰਕੇ ਅਤੇ ਉੱਥੋਂ ਦੀ ਬਣੀ ਵਈ ਨਲੀ ਨਾੜੀ ਨਹੀਂ ਇਲੀਆਸ ਨਾਮ ਹੈ ਜੀ ਉਸ ਬੰਦੇ ਦਾ ਔਰ ਉਹ ਬੰਦਾ ਵੀ ਤਕਰੀਬਨ 3-4 ਸਾਲ ਤੋਂ 2-4 ਮਸ਼ੀਨਾਂ ਤਿਆਰ ਪਿਆ ਕਰਨਾ ਅਤੇ ਉਸ ਹਵਾਲੇ ਨਾਲ ਅੱਜ ਇਸ ਰੀਪਰ ਬਾਈਂਡਰ ਨਾਲ ਰਿਵਿਊ ਕਰੇ ਨੇ ਇੱਕ ਗੱਲ ਮੈਂ ਦੋਸਤਾਂ 'ਚ ਦੱਸ ਦੇਵਾਂ ਕਿ ਇੱਥੇ ਆਉਣੇ ਦਾ ਮਕਸਦ ਅਸਲ ਤਾਂ ਇਹ ਹੈ ਕਿ ਮਸ਼ੀਨ ਚਲਾ ਕੇ ਵੀ ਰਿਵਿਊ ਕਿਸਾਂ ਲੇਕਿਨ ਇਤਫਾਕਨ ਐਸਾ ਹੋਇਆ ਕਿ ਰਸਤੇ 'ਚ ਅਸੀਂ ਪਹੁੰਚੇ ਜਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਅਤੇ ਬਾਰਿਸ਼ ਆ ਗਈ ਅਤੇ ਮੈਂ ਦੋਸਤਾਂ ਮਜ਼ੀਦ ਮੈਂ ਵੇਖਿਆ ਸਾ ਵੀ ਸਹੀ ਇਹ ਦੋਸਤ ਵੇਖਣੀ ਪਿਓ ਸਨ ਜਗ੍ਹਾ ਥੱਲੇ ਗਿੱਲੀ ਥੱਲੇ ਜ਼ਰਾ ਦੋਸਤਾਂ ਵਿਖਾਓ ਜੀ ਇਹ ਦੋਸਤ ਵੇਖਣ ਜਗ੍ਹਾ ਗਿੱਲੀ ਔਰ ਚਿੱਕੜ ਵਗੈਰਾ ਵੀ ਥੋੜ੍ਹਾ ਥੋੜ੍ਹਾ ਆਇਆ ਅਤੇ ਅਸਾਂ ਮਸ਼ੀਨ ਚਲਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਕਣਕ ਗਿੱਲੀ ਆਉਣ ਦੀ ਵਜ੍ਹਾ ਤੋਂ ਕੋਈ ਰਿਜ਼ਲਟ ਬਿਹਤਰ ਨਾ ਦੇ ਸਕੇ ਅਤੇ ਇਸ ਵਾਸਤੇ ਇਹ ਮਾਜ਼ਰਤ ਕਰਸਾਂ ਬਾਕੀ ਮਜ਼ੀਦ ਜਿਹੜੀ ਗੱਲ ਹੈ ਜੀ ਇਹ ਭਾਈਆਂ ਨੇ ਇਹਨਾਂ ਮਸ਼ੀਨ ਕੀਤੀ ਇਹ ਜਿਹੜੇ ਪਿੰਡ ਹੈ ਇਹ ਇਲਾਵਲ ਸ਼ਰੀਫ ਇਹ ਪਿੰਡ ਹੈ ਜੀ ਟੁੱਟੀ ਬੰਨ ਬਲਕਸਰ ਦੇ ਨਜ਼ਦੀਕ ਅਤੇ ਮਜ਼ੀਦ ਇਹਨਾਂ ਕੋਲ ਸਾਰੀ ਤਫਸੀਲ ਪੁੱਛਣੀ ਹੈ ਇਸ ਮਸ਼ੀਨ ਦੇ ਹਵਾਲੇ ਨਾਲ ਵੀ ਕਿ ਇਹ ਮਸ਼ੀਨ ਕੈਸੀ ਬੰਦਿਆਂ ਕਹਿਣੀ ਚਾਹੀਦੀ ਜਾਂ ਨਹੀਂ ਕਹਿਣੀ ਚਾਹੀਦੀ ਅਤੇ ਇੱਕ ਗੱਲ ਮੈਂ ਦੋਸਤਾਂ ਨਾਲ ਇਹ ਗੱਲ ਕਲੀਅਰ ਕਰ ਦੇਣਾ ਕਿ ਅੱਗੇ ਵੀ ਮੈਂ ਕੋਸ਼ਿਸ਼ ਕੀਤੀ ਕਿ ਜਿਹੜੀਆਂ ਵੀ ਮਸ਼ੀਨਾਂ ਨਹੀਂ ਮੈਂ ਵੀਡੀਓ ਦਿੱਤੀ ਅਤੇ ਕੋਸ਼ਿਸ਼ ਇਹ ਹੀ ਕੀਤੀ ਕਿ ਜ਼ਮੀਨਦਾਰ ਨਾ ਜਾਂ ਡਰਾਈਵਰ ਭਾਈ ਨਾ ਜਿਹੜਾ ਉਹ ਰਿਵਿਊ ਉਹ ਜ਼ਰੂਰ ਦੇਵਾਂ ਤਾਂ ਕਿ ਜਿਹੜਾ ਵੀ ਨਵਾਂ ਜ਼ਮੀਨਦਾਰ ਬਿਰਾਵੇ ਸਾਡਾ ਦੋਸਤ ਬਿਰਾਵੇ ਉਹ ਇਹਨ ਮਸ਼ੀਨਾਂ ਵੇਖ ਕੇ ਅਤੇ ਮਸ਼ੀਨ ਆਪਣਾ ਗਹਿਣੇ ਨਾਲ ਫੈਸਲਾ ਕਰੇ ਅਤੇ ਅਸਲ ਇਹ ਜਿਹੜੀ ਐਫਰਟ ਹੈ ਇਹ ਸੜੀ ਇਹ ਹੀ ਹੈ ਕਿ ਕੋਈ ਇੱਕ ਅਗਰ ਬੰਦਾ ਫਸਿਆ ਪਿਆ ਇੱਕ ਜਗ੍ਹਾ 'ਤੇ ਅਤੇ ਬਾਕੀ ਬੰਦੇ ਜਿਹੜੇ ਉਸ ਤੋਂ ਬਚਣ ਅਤੇ ਜਿਹੜੀ ਅੱਛੇ ਕੋਈ ਮਸ਼ੀਨਾਂ ਉਹਨਾਂ ਦੀ ਤਰਫ ਵੰਨਣ ਜੀ ਮਾੜੀਆਂ ਮਸ਼ੀਨਾਂ ਵਾਲ ਪਹਿਲੇ ਨਾ ਵੰਨਣ ਜਿਹੜੀ ਮਾੜੀਆਂ ਫਰਮਾਨ ਜਾਂ ਜਿਹੜੇ ਅੱਛੇ ਬੰਦੇ ਨਹੀਂ ਉਹਨਾਂ ਤੋਂ ਬਚਣ ਅਤੇ ਹੁਣ ਗੱਲ ਕਰ ਰਹੇ ਨੇ ਜੀ ਭਾਈ ਨਾ ਬਾਈ ਜੀ ਸਲਾਮ ਅਲੈਕੁਮ ਕੀ ਹਾਲ ਨੇ ਠੀਕ ਹੋ ਅੱਛਾ ਬਾਈ ਜਾਨ ਪਹਿਲੇ ਆਪਣਾ ਤਾਰਫ ਕਰਾਓ ਨਾਂ ਦੱਸੋ ਆਪਣੇ ਪਿੰਡ ਨਾਮ ਵੀ ਨਾਂ ਦੱਸੋ ਮੁਹੰਮਦ ਇਸਲਾਮ ਦਾ ਨਾਮ ਹੈ ਜੀ ਅਤੇ ਇਲਾਵਲ ਸ਼ਰੀਫ ਸਾਡਾ ਗ੍ਰਾਮ ਹੈ ਤਰੁੱਟੀ ਬੰਨ ਸਾਡਾ ਸਟਾਪ ਹੈ ਠੀਕ ਹੈ ਥੋੜ੍ਹਾ ਨਜ਼ਦੀਕ ਹੋਵੋ ਜੀ ਆਵਾਜ਼ ਤਾਂ ਜੀ ਕਲੀਅਰ ਹੋਵੇ ਸਰ ਇਹ ਮਸ਼ੀਨ ਲਾਈ ਹੈ ਅੱਛਾ ਮਸ਼ੀਨ ਸਾਡੀ ਮਰਜ਼ੀ ਦਾ ਰਿਜ਼ਲਟ ਨਹੀਂ ਹਾਲਾ ਤੱਕ ਦੇ ਚੁੱਕੀ ਨਹੀਂ ਦੇ ਚੁੱਕੀ ਠੀਕ ਸਮਝ ਨਹੀਂ ਕੋਈ ਸੀਜ਼ਨ ਕਿੱਥੇ ਪਹੁੰਚਿਆ ਪਿਆ ਸੀਜ਼ਨ ਖਤਮ ਹੋ ਚੁੱਕਾ ਸੀਜ਼ਨ ਖਤਮ ਹੋ ਚੁੱਕਾ ਸਾਨੂੰ ਹਾਲਾ ਤੱਕ ਇਸ ਰਿਜ਼ਲਟ ਆਪਣਾ ਕੋ ਨਹੀਂ ਦਿੱਤਾ ਜੀ ਠੀਕ ਹੋ ਅਸੀਂ ਤੇ ਫਸੇ ਹਾਂ ਜਿਹੜਾ ਗਰੀਬ ਬਿਰਾਹ ਵਿੱਚ ਫਸਦਾ ਉਹ ਨਹੀਂ ਮਨਾ ਜਿੱਦਾਂ ਤੱਕ ਪਾਸ ਨਾ ਹੋਵੇ ਇਹਨਾਂ ਦਾ ਕੋ ਇਹ ਮਸ਼ੀਨ ਨਹੀਂ ਗਿਣਨੀ ਚਾਹੀਦੀ ਠੀਕ ਹੈ ਤੁਸੀਂ ਆਪਣਾ ਜਿਹੜਾ ਐਗਜ਼ੈਕਟ ਏਰੀਆ ਬਲਕਸਰ ਤੋਂ ਕਿੰਨਾ ਤੁਸਾਂ ਨਾਲ ਇਹ ਤਕਰੀਬਨ ਸਾਡਾ 11 ਕਿਲੋਮੀਟਰ ਹੈ 11 ਕਿਲੋਮੀਟਰ ਹੈ ਠੀਕ ਹੈ ਕਿਸੇ ਬਿਰਾਹ ਨੂੰ ਵੀ ਚੈੱਕ ਵੀ ਕਰਨਾ ਹੋਵੇ ਤਾਂ ਆ ਕੇ ਚੈੱਕ ਕਰ ਸਕਦਾ ਆ ਵੇਖ ਸਕਦਾ ਕੋਈ ਪਰੇਸ਼ਾਨੀ ਨਹੀਂ ਅੱਛਾ ਇੱਕ ਗੱਲ ਹੋਰ ਤੁਸੀਂ ਹੁਣ ਨਾਲ ਹੀ ਦੱਸੋ ਕਿ ਜਿਹੜਾ ਇਲੀਆਸ ਨਾ ਇਹਨਾਂ ਬੰਦਾ ਹਾਂਜੀ ਇਹ ਮਸ਼ੀਨ ਤੁਸੀਂ ਕਿੱਦੀ ਕਿਸ ਟਾਈਮ ਤੇ ਤੁਸੀਂ ਬੁੱਕ ਕਰਾਈ ਕਿੰਨਾ ਅਰਸਾ ਪਹਿਲੇ ਇਹ ਸਾਰੋ ਜਿਸ ਵੇਲੇ ਪਿਛਲਾ ਸੀਜ਼ਨ ਖਤਮ ਹੋਇਆ ਤਾਂ ਉਸ ਟਾਈਮ ਅਸੀਂ ਬੁੱਕ ਕਰਾਈ ਹੈ ਅੱਛਾ ਉਸ ਦਾ ਸਾਡੇ ਨਾਲ ਕੁਆਲਿਟੀ ਹੀ ਹੋਏ ਹੋਏ ਲੱਖ ਰੁਪਿਆ ਸੀ ਮੈਂ ਥੱਲਾ ਮੈਂ ਰੱਖਦਾ ਤੂੰ ਆ ਕੇ ਪਾਸ ਕਰਕੇ ਦੇ ਸੀ ਤੇ ਤੈਨੂੰ ਲੱਖ ਰੁਪਿਆ ਆਪਣਾ ਤੂੰ ਲੈ ਸਕਣਾ ਯਾਨੀ ਕਿ ਪਿਛਲਾ ਸੀਜ਼ਨ ਖਤਮ ਹੋਇਆ ਉਸ ਟਾਈਮ ਤੁਸੀਂ ਮਸ਼ੀਨ ਬੁੱਕ ਕਰਾ ਦਿੱਤੀ ਔਰ ਕਿੰਨਾ ਐਡਵਾਂਸ ਦਿੱਤਾ 2 ਲੱਖ ਰੁਪਿਆ 2 ਲੱਖ ਰੁਪਿਆ ਐਡਵਾਂਸ ਔਰ ਟੋਟਲ ਮਸ਼ੀਨ ਕਿੰਨੇ ਵਿੱਚ ਮੁੱਕੀ ਹੋਈ ਹੈ ਮਸ਼ੀਨ ਨੂੰ ਕਿਹੜੀ ਜਿਹਾ ਮੁੱਕੀ 5 ਲੱਖ ਵਿੱਚੋਂ 2 ਲੱਖ ਦਿੱਤਾ ਗਿਆ ਲੱਖ ਰੁਪਿਆ ਥੱਲਾ ਰੱਖਣਾ ਆ ਫਿਰ ਉਹ ਤਾਂ ਰੌਲਾ ਪਾਉਣ ਲੱਗ ਪਿਆ ਜਦੋਂ ਲੈਣ ਗਏ ਮਸ਼ੀਨ ਨੂੰ ਠੀਕ ਹੈ
ਇਹਨੂੰ 50,000 ਹੋਰ ਦੇ 50,000 ਰੁਪਏ ਰਹਿ ਗਿਆ ਮਸ਼ੀਨ ਤੋਂ ਸੀਜ਼ਨ ਤੋਂ ਪਹਿਲੇ ਮਿਲੀ ਹਾਂ ਤਕਰੀਬਨ ਮਹੀਨਾ ਪਹਿਲੇ ਮਿਲੀ ਹੈ ਲੇਕਿਨ ਹੋਰ ਤੁਸੀਂ ਨਾ ਕੀ ਵਾਅਦਾ ਕੀਤਾ ਕਿ ਮੈਂ ਮਸ਼ੀਨ ਦੇ ਮੈਂ ਪੂਰੀ ਸੀਜ਼ਨ ਦਾ ਮੈਂ ਜ਼ਿੰਮੇਵਾਰ ਹਾਂ ਅੱਛਾ ਉਸ ਪੂਰੀ ਸੀਜ਼ਨ ਦਾ ਜਦ ਮਸ਼ੀਨ ਗੜਬੜ ਕੀਤੀ ਉਸ ਨੂੰ ਫੋਨ ਕੀਤਾ ਜੀ ਠੀਕ ਹੈ ਉਸ ਮੁੜ ਕੇ ਜਵਾਬ ਦਿੱਤਾ ਮੈਂ 3 ਦਿਨ ਤੋਂ ਬਾਅਦ ਆਉਂਦਾ ਠੀਕ ਹੈ ਅੱਜ ਤੱਕ ਕੁਝ ਵੀ ਨਹੀਂ ਤੇ 20 ਦਿਨ ਹੋ ਚਲੇ ਨੇ ਅੱਛਾ ਅਗਲੇ ਕੋਈ ਮੁੜ ਕੇ ਰਾਪਤੇ ਨਹੀਂ ਕੀਤਾ ਠੀਕ ਹੈ ਯਾਨੀ ਕਿ ਇੱਕ ਦਫਾ ਵੀ ਮਸ਼ੀਨ ਤੇ ਆਈ ਨਹੀਂ ਨਹੀਂ ਆਈ ਔਰ ਮਸ਼ੀਨ ਤੁਸੀਂ ਤੰਗ ਕੀਤਾ ਯਾਨੀ ਸਾਨੂੰ ਬੇਪਨਾ ਤੰਗ ਕੀਤਾ ਸਾਡੇ ਘਰ ਤੇ ਮਾਤਮ ਹੋਏ ਬਾਈ ਯਕੀਨ ਕਰੋ ਇਹ ਪੋਜੀਸ਼ਨ ਹੈ ਦੂਸਰਾ ਨਹੀਂ ਵੀ ਗੱਲ ਆ ਗਈ ਸੀ ਵੀ ਮਸ਼ੀਨ ਤੁਹਾਨੂੰ ਨਾ ਪਸੰਦ ਹੋਵੇ ਤੇ ਬਿਸ਼ੱਕ ਮੋੜ ਦੇ ਪੈਸੇ ਲੈ ਮੋੜ ਦੇ ਪੈਸੇ ਵੀ ਦੇ ਅੱਛਾ ਵਾਪਸ ਕਰ ਗੱਲ ਵੀ ਨਹੀਂ ਸੁਣਦਾ ਹੁਣ ਗੱਲ ਹੀ ਨਹੀਂ ਸੁਣਦਾ ਠੀਕ ਹੈ ਇਹ ਹਾਜੀ ਮਨਾਫ ਸਾਹਿਬਨ ਜੀ ਅਲ ਮਦੀਨਾ ਡੀਜ਼ਲ ਲੈਬਾਰਟਰੀ ਵਾਲੇ ਤਲਗਾਂਗ ਦੇ ਵਿੱਚ ਮੈਂ ਅੱਗੇ ਵੀ ਇਹਨਾਂ ਨੇ ਵੀਡੀਓ ਦਿੱਤੀਆਂ ਇਹਨਾਂ ਨਾਲ ਅਸਲ ਜਿਹੜਾ ਪਹਿਲੇ ਅਬਾਈ ਇਲਾਕਾ ਉਹ ਹੈ ਸਰਗੋਦਾ ਔਰ ਇਹ ਤਲਗਾਂਗ ਕਾਫੀ ਟਾਈਮ ਤੋਂ ਇਹਨਾਂ ਇੱਥੇ ਸੈਟਲ ਹਨ ਇੱਥੇ ਇਹਨਾਂ ਵਰਕਸ਼ਾਪ ਇਹਨਾਂ ਨੇ ਡੀਜ਼ਲ ਲੈਬਾਰਟਰੀ ਨਹੀਂ ਔਰ ਵੀ ਇਹਨਾਂ ਨੇ ਭਾਈ ਦੋ ਹਨ ਜੀ ਬੜੀ ਮਸ਼ਹੂਰ ਇਹਨਾਂ ਦੀਆਂ ਵਰਕਸ਼ਾਪਾਂ ਹਨ ਬੜੀਆਂ ਅੱਛੀਆਂ ਟਰੈਕਟਰ ਨੇ ਕੰਮ ਕਰੇ ਨੇ ਮੈਂ ਵੀ ਡੀਜ਼ਲ ਲੈਬਾਰਟਰੀ ਨਾਲ ਕੰਮ ਇਹਨਾਂ ਕੋਲ ਕਰਾਉਣਾ ਔਰ ਬਾਕੀ ਜਿਹੜੇ ਟਰੈਕਟਰ ਨਾਲ ਕੰਮ ਹੈ ਓਵਰਆਲ ਇੰਜਨ ਵਗੈਰਾ ਕਰਾਉਣਾ ਜਾਂ ਔਰ ਕੋਈ ਵੀ ਐਸਾ ਕੰਮ ਹੈ ਉਹ ਇਹਨਾਂ ਨਾਲ ਵੱਡਾ ਭਾਈ ਹੈ ਜੀ ਹਾਜੀ ਅਸਾਦ ਸਾਹਿਬ ਮੈਂ ਅੱਗੇ ਦੋਸਤਾਂ ਨਾਲ ਵੀਡੀਓ ਸ਼ੇਅਰ ਕਰਨ ਰਹਾ ਮੈਂ ਉਹਨਾਂ ਕੋਲ ਕਰਾਉਣਾ ਅਸਿਹੜੇ ਇਤਮਾਦ ਹੈ ਉਸ 'ਤੇ ਪੂਰੇ ਉਤਰਨੇ ਪੈਣ ਇਨਸ਼ਾਅੱਲਾ ਤੇ ਹੁਣ ਵੀ ਈ ਮਸ਼ੀਨ ਇਹਨਾਂ ਰਲ ਕੇ ਇੱਕ ਕੀਤਾ ਉਸ ਬੰਦੇ ਨਾਲ ਵਾਂਗ ਕਿ ਸੌਦਾ ਅਤੇ ਸੀਜ਼ਨ ਤੋਂ ਪਹਿਲੇ ਅਤੇ ਸਾਰੀ ਗੱਲਬਾਤ ਇਹਨਾਂ ਨੇ ਸਾਹਮਣੇ ਹੋਈ ਅਤੇ ਸਾਹਮਣੇ ਆਉਣੇ ਤੋਂ ਬਾਅਦ ਜਨਾਬ ਅੱਜ ਇਹ ਸੂਰਤ ਹਾਲ ਹੈ ਕਿ ਅਸੀਂ ਇਸ ਮਸ਼ੀਨ 'ਤੇ ਆਏ ਹਾਂ ਮੈਂ ਨਾ ਹੀ ਗਿਣ ਕੇ ਆਇਆ ਕੁਝ ਐਡਜਸਟਮੈਂਟ ਜਿਹੜੀਆਂ ਉਹ ਮੈਂ ਇਹਨਾਂ ਕੁਛ ਕਰਕੇ ਦਿੱਤੀਆਂ ਅਤੇ ਇਹ ਕੱਲ੍ਹ ਜਿਹੜੀ ਮੈਂ ਖਾਸ ਕਰਨਾ ਚਾਹੁੰਦਾ ਕਿ ਜਿਹੜੀ ਵੀ ਕੌਮਣੀ ਬਣੈਣੀ ਪਈ ਵਰਕਸ਼ਾਪ ਵਾਲੇ ਜਿਹੜੀ ਵੀ ਫਰਮ ਬਣੈਣੀ ਪਈ ਰੀਪਰ ਬਾਈਂਡਰ ਅਤੇ ਇੱਕ ਅੱਲਾ ਨਾ ਵਾਸਤਾ ਨੇ ਜ਼ਮੀਨਦਾਰ ਨਾਲ ਪੈਸਾ ਜਿਹੜਾ ਆਉਣਾ ਉਹ ਬੜਾ ਮੁਸ਼ਕਿਲ ਆਉਣਾ ਅਤੇ ਤੁਸੀਂ ਆਪਣੀ ਕਿਉਂ ਇੰਝ ਖਾ ਮਖਾ ਬਦਨਾਮੀ ਕਰਨ ਦੇ ਉਹ ਕਮ ਅਜ਼ ਕਮ ਇੱਕ ਦਫ਼ਾ ਮਸ਼ੀਨ 'ਤੇ ਆਓ ਉਸਾਂ ਮਸ਼ੀਨਾਂ ਚਲਾ ਕੇ ਉਸਾਂ ਮਸ਼ੀਨਾਂ ਕਾਮਯਾਬ ਕਰਕੇ ਵੰਜੋ ਤਾਂ ਕਿ ਕੋਈ ਬੰਦਾ ਵੀ ਹੈ ਅਤੇ ਉਹ ਮਸ਼ੀਨ ਪਿੱਛੋਂ ਦੁਬਾਰਾ ਹੋਰ ਗਿਣੇ ਇਹ ਨਾ ਹੋਵੇ ਕਿ ਹੀ ਹੁਣ ਅਸੀਂ ਹੁਣ ਵੀਡੀਓ ਬਣਾਉਣੇ ਪਏ ਹਾਂ ਲੋਕ ਕਾਫੀ ਸਾਰੇ ਕਮੈਂਟਸ ਕਰਨ ਲੱਗ ਪਏ ਸਨ ਕਿ ਜੀ ਇਹ ਖਾ ਮਖਾ ਇਹਨ ਡਾਊਨ ਪੇ ਕਰੇ ਨੇ ਡਾਊਨ ਕਰਨ ਦੀ ਗੱਲ ਨਹੀਂ ਹੈ ਅਸੀਂ ਅੱਲਾ ਹਾਜ਼ਰ ਨਾਜ਼ਰ ਰੱਖ ਕੇ ਗੱਲ ਪੇ ਕਰੇ ਨੇ ਗੱਲ ਕਰਨ ਦਾ ਮਕਸਦ ਇਹ ਹੈ ਕਿ ਜ਼ਮੀਨਦਾਰ ਨਾ ਪੈਸਾ ਜਿਹੜਾ ਜੀ ਉਹ ਬੜਾ ਮੁਸ਼ਕਿਲ ਹੈ ਉਹ ਜ਼ਮੀਨ ਵਿੱਚ ਖਿਜੜ ਹੋਣਾ ਖਾਰ ਹੋਣਾ ਕੱਪੜੇ ਜਿਹੜੇ ਨੇ ਉਹ ਬੜੇ ਮੁਬਲੈਲ ਨਾ ਜਾਂ ਗਰੀਸ ਨਾ ਹੱਥ ਪੈਰ ਉਹ ਗੰਦੇ ਉਸ ਕੀਤੇ ਹੋਏ ਆਉਂਦੇ ਨੇ ਅਤੇ ਇਸ ਵਾਸਤੇ ਅੱਲਾ ਨਾ ਵਾਸਤਾ ਨੇ ਇਹ ਜ਼ਮੀਨਦਾਰ ਨੇ ਜਿਹੜਾ ਪੈਸਾ ਇਸ ਨਾਲ ਤੁਸੀਂ ਮਿਹਰਬਾਨੀ ਕੀਤੀ ਕਰੋ ਇਹ ਹੱਕ ਹਲਾਲ ਨਾਲ ਪੈਸਾ ਹੋਣਾ ਅਤੇ ਇਸ ਵਾਸਤੇ ਇਹ ਜਿਹੜੀ ਮਸ਼ੀਨਾਂ ਤੁਸੀਂ ਬਣਾਉਂਦੇ ਹੋ ਇਹਨਾਂ ਦੇ ਮਸ਼ੀਨਾਂ ਦੇ ਉੱਤੇ ਆਓ ਇਹਨਾਂ ਵੇਖੋ ਕਿ ਮਸ਼ੀਨ ਸੜੀ ਕੀ ਕੰਮ ਪਈ ਕਰੇ ਨਹੀਂ ਔਰ ਨਾਲ ਇੱਕ ਹੋਰ ਜਿਹੜੀ ਗੱਲ ਹੈ ਇਹ ਗੱਲ ਜਿਹੜੀ ਅਸੀਂ ਮਸ਼ੀਨਾਂ ਅਸਾਂ ਟੁਕੇਨੇ ਪਏ ਹਾਂ ਇਸ ਟੋਕਣ ਦਾ ਮਕਸਦ ਹੀ ਜਿਹੜੀ ਤੁਸੀਂ ਮਸ਼ੀਨ ਜ਼ਮੀਨਦਾਰ ਤੁਸਾਂ ਰਿਵਿਊ ਦੇ ਸੀ ਜਿਹੜਾ ਵੀ ਕੰਪਲੇਨ ਕਰੇ ਸੀ ਜ਼ਮੀਨਦਾਰ ਅਤੇ ਉਹ ਤੁਸੀਂ ਅੱਗੋਂ ਸਾਂ ਐਡਜਸਟ ਕਰ ਗਈ ਸੋ ਉਸਾਂ ਤੁਸੀਂ ਠੀਕ ਕਰੇ ਸੋ ਤੁਸੀਂ ਆਪਣੀ ਮਸ਼ੀਨ 'ਤੇ ਆਸੋ ਹੀ ਨਹੀਂ ਅਤੇ ਤੁਸਾਂ ਕੀ ਪਤਾ ਕਿ ਸਾਡੀ ਮਸ਼ੀਨ ਕੀ ਪਈ ਕਰੇਗੀ ਤੁਸੀਂ ਅਗਲੀ ਮਸ਼ੀਨ ਵੀ ਉਸੇ ਹਿਸਾਬ ਨਾਲ ਹੀ ਤਿਆਰ ਕਰਦੇ ਸੋ ਅਤੇ ਤੁਸੀਂ ਆਹਿਸਤਾ ਆਹਿਸਤਾ ਤੁਸੀਂ ਕਮਜ਼ੋਰ ਹੋਵੇ ਸੋ ਅਤੇ ਇਸ ਵਾਸਤੇ ਜੀ ਇਹ ਜਿਹੜੀਆਂ ਜਿਤਨੀਆਂ ਵੀ ਫਰਮਾਨ ਚਾਹੇ ਅੱਛੀਆਂ ਮਸ਼ੀਨਾਂ ਵੀ ਚੱਲੀਆਂ ਪਈਆਂ ਚਾਹੇ ਮਾੜੀਆਂ ਚੱਲੀਆਂ ਪਈਆਂ ਤਾਂ ਕਮ ਅਜ਼ ਕਮ ਇੱਕ ਦਫ਼ਾ ਮਸ਼ੀਨ 'ਤੇ ਬਿਲਕੁਲ ਆਓ ਜ਼ਮੀਨਦਾਰ ਆ ਮੁਤਮਿਨ ਕਰੋ ਉਸਾਂ ਮਸ਼ੀਨ ਚਲਾ ਕੇ ਦਿਓ ਉਹ ਫੀਲਡ ਚਲਾਏ ਤਾਂ ਕਿ ਅੱਗੇ ਮਜ਼ੀਦ ਕੋਈ ਬੰਦਾ ਵੀ ਵੇਖਣ ਵਾਲਾ ਹੋਵੇ ਕੋਈ ਜ਼ਮੀਨਦਾਰ ਵੀ ਵੇਖਣ ਵਾਲਾ ਹੋਵੇ ਤਾਂ ਉਹ ਮਜ਼ੀਦ ਜਿਹੜਾ ਮਸ਼ੀਨ ਉਹ ਤੁਸੀਂ ਨਹੀਂ ਗਿੰਨੇ ਉਸਦਾ ਅੱਛਾ ਫੀਡਬੈਕ ਦੇਵੇ ਨਾ ਕਿ ਇੱਕ ਬੰਦਾ ਤੰਗ ਆ ਕੇ ਹੁਣ ਇਹਨਾਂ ਬੰਦਿਆਂ ਨੇ ਜਿਹੜੀ ਸੂਰਤ ਹਾਲ ਹੈ ਯਕੀਨ ਕਰੋ ਕਿ ਇਹਨ ਬਿਲਕੁਲ ਇਸ ਮਸ਼ੀਨ ਤੋਂ ਤੰਗ ਆਏ ਪੈਣ ਔਰ ਇਸ ਹੱਦ ਤੱਕ ਇਹਨ ਪਜ਼ਲ ਹੋਏ ਪੈਣ ਕਿ ਇਹ ਮੈਂ ਦੋਸਤਾਂ ਵੇਖਣਾ ਜਿਹੜੀਆਂ ਅੱਗੇ ਜੀਬਾਂ ਚੈਨ ਨਹੀਂ ਆ ਇਹ ਜਿਹੜੀ ਜੀਬਾਂ ਜੀ ਇਹਨਾਂ ਥੱਲੇ ਔਰ ਉੱਤੇ ਇਹਨਾਂ ਦੀ ਲੈਣ ਆਊਟ ਇਹਨਾਂ ਇਹ ਨਹੀਂ ਪਤਾ ਲੱਗਾ ਕਿ ਜੀ ਅਸਾਂ ਕਿ ਕੌਣ ਸੈੱਟ ਕਰਨੀ ਲੇਕਿਨ ਇਹ ਕਮ ਅਜ਼ ਕਮ ਜਿਹੜੀ ਵਰਕਸ਼ਾਪ ਹੈ ਇਲਿਆਸ ਨਾ ਇਹਨਾਂ ਜਿਹੜਾ ਬੰਦਾ ਉਸ ਦਾ ਕਮ ਅਜ਼ ਕਮ ਕੰਮ ਹੈ ਇੱਥੇ ਆਉਣਾ ਇਸ ਐਡਜਸਟ ਕਰਕੇ ਦੇਣਾ ਉਸ ਮਸ਼ੀਨ ਜੀ ਤਿਆਰ ਕਰਕੇ ਦਿੱਤੀ ਆਪਣਾ ਇੱਕ ਪੁਰਜ਼ਾ ਤਿਆਰ ਕੀਤਾ ਉਸਾਂ ਚਲਾਉਣਾ ਉਸ ਦਾ ਕੰਮ ਹੈ ਇੱਕ ਦਫ਼ਾ ਠੀਕ ਹੈ ਅਗਲਾ ਸਾਲ ਨਾ ਆਸੀ ਲੇਕਿਨ ਕਮ ਅਜ਼ ਕਮ ਪਹਿਲੇ ਜਿਸ ਤਰ੍ਹਾਂ ਇਨ ਬਿਸਮਿਲਾ ਕਰੇ ਨੇ ਪੈਣ ਉਹ ਇੱਥੇ ਆਵੇ ਉਹ ਆਪਣੀ ਮਸ਼ੀਨ 'ਤੇ ਆਪਣੀ ਮੌਜੂਦਗੀ ਮਸ਼ੀਨ ਚਲਾਵੇ ਨਾ ਕਿ ਉਹ ਬਾਅਦ ਚੱਖ ਲੱਗ ਪਵੇ ਜੀ ਉਹਨਾਂ ਮਸ਼ੀਨ ਆ ਇਸ ਤਰ੍ਹਾਂ ਕਰ ਛੋੜਿਆ ਇਸ ਤਰ੍ਹਾਂ ਕਰ ਛੋੜਿਆ ਤੁਸੀਂ ਆਪ ਖੁਦ ਆਓ ਨਾ ਜੀ ਤੁਸੀਂ ਟਾਈਮ 'ਚ 3 ਦਿਨ ਪਹਿਲੇ ਪੈ ਦੇਣੇ ਇਹਨਾਂ ਦੀ ਪੂਰੀ ਗੱਲ ਮਜ਼ੀਦ ਵੀ ਮੈਂ ਸ਼ੇਅਰ ਕਰਨਾ ਇਹਨਾਂ ਮੈਂ ਨਾਲ ਗੱਲ ਹੀ ਸ਼ੇਅਰ ਕੀਤੀ ਅਤੇ ਤਾਂ ਮੈਂ ਗੱਲਾਂ ਹੁਣ ਦੋਸਤਾਂ ਨਾਲ ਫਿਕਰ ਨਾ ਬਾਕੀ ਇਹਨਾਂ ਨੇ ਖੁਦ ਜ਼ਬਾਨੀ ਸੁਣੇ ਨੇ ਔਰ ਨਾਲ ਇੱਕ ਹੋਰ ਆਖਰ ਤਾਂ ਨੰਬਰ ਵੀ ਕਿਸਾਂ ਕੋਈ ਵੀ ਬੰਦਾ ਅਗਰ ਇਹ ਇਲਿਆਸ ਵੀ ਵੀਡੀਓ ਵੇਖਣਾ ਪਿਆ ਤਾਂ ਬੇਸ਼ੱਕ ਜੀ ਉਹ ਇਹਨਾਂ ਨਾਲ ਰਾਬਤਾ ਕਰੇ ਇਹਨਾਂ ਕੋਲ ਆਵੇ ਬਲਕਿ ਉਹਨਾਂ ਕੋਲ ਤਾਂ ਨੰਬਰ ਆਲਰੇਡੀ ਆਵੇ ਇਹਨਾਂ ਕੋਲ ਆਵੇ ਇਹਨਾਂ ਕੋਲ ਪੁੱਛੇ ਬਾਈ ਕੀ ਸੂਰਤ ਹਾਲ ਹੈ ਬਲਕਿ ਇਹਨਾਂ ਕੋਲ ਨਾ ਪੁੱਛੇ ਬਾਕੀ ਜਿਹੜੇ ਪਿੰਡ ਨੇ ਲੋਕ ਹਨ ਉਹਨਾਂ ਕੋਲ ਪੁੱਛੇ ਕਿ ਇਸ ਮਸ਼ੀਨ ਦੀ ਕੀ ਪੋਜੀਸ਼ਨ ਹੈ ਇਹਨਾਂ ਉਲਟਾ ਇੱਕ ਅੱਛੀ ਚੀਜ਼ ਆਣੇ ਨੇ ਇਹਨਾਂ ਵਾਸਤੇ ਤਾਂ ਇੱਕ ਬੰਦਾ ਵੀ ਨਾ ਪਾਇਸ ਬਣ ਗਿਆ ਕਿਉਂਕਿ ਇਹਨਾਂ ਕੋਲ ਮਾਸ਼ਾਅੱਲਾ ਥ੍ਰੈਸ਼ਰ ਇਹਨਾਂ ਰੱਖਿਆ ਵਾ ਹੋਰ ਇਹਨਾਂ ਜ਼ਮੀਨਦਾਰਾਂ ਨਾਲ ਕੰਮ ਕਰੇ ਨੇ ਅਤੇ ਇਹ ਚੀਜ਼ ਦੇ ਕੇ ਇਹਨਾਂ ਵਾਸਤੇ ਬੰਦਾ
ਇਹ ਜਿਹੜਾ ਪੈਸਾ ਗਿਨੇ ਹੋ ਇਹ ਜ਼ਮੀਨਦਾਰ ਨਾਲ ਹੱਕ ਲਾਲ ਨਾ ਪੈਸਾ ਅਤੇ ਸਾਹਿਬ ਤੁਸੀਂ ਵੀ ਹੱਕ ਲਾਲ ਕਰਕੇ ਖਾਓ। ਇੰਜ ਨਾ ਕਰੋ ਕਿ ਇੱਕ ਦਫ਼ਾ ਡੋਲੀ 'ਚ ਪਾ ਦਿੱਤੀ ਅਤੇ ਅੱਗੇ ਵਾਂਗ ਕੇ ਮਰੇ ਜੋ ਕੁਝ ਕਰੇ ਭਾਵੇਂ ਵਹਿਣਾ ਜਿਹੜਾ ਰੰਡੀ ਥੀ ਵਾਂਜੇ ਇਹ ਚੀਜ਼ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਅਤੇ ਇਸ ਵਾਸਤੇ ਜੀ ਮੈਂ ਦੁਬਾਰਾ ਵਧੀ ਗੱਲ ਆਖਸਾਂ ਕਿ ਅੱਲਾ ਨਾ ਵਾਸਤੇ ਨੇ ਆਪਣੀ ਮਸ਼ੀਨਾਂ 'ਤੇ ਆਏ ਕੀਤੀ ਕਰੋ। ਅਤੇ ਹੁਣ ਮਜ਼ੀਦ ਕੋਈ ਹੋਰ ਜਿਹੜੀ ਗੱਲਬਾਤ ਹੈ ਮੈਂ ਬਿਲਕੁਲ ਕਲੀਅਰ ਨਾ ਕਹਿ ਸਕਾਂ ਕਿ ਗੱਲ ਹੱਕ ਸੱਚ ਨਹੀਂ ਕਰਨੀ ਸੱਚੀ ਕਰਨੀ। ਕੱਲ੍ਹ ਕੋਈ ਇੰਝ ਪਤਾ ਨਾ ਆਖੇ ਕਿ ਜੀ ਇਹ ਖਾਮ ਖਾ ਇਹ ਬਦਨਾਮ ਹੀ ਪੈ ਕਰੇ ਨੇ। ਅਤੇ ਹੁਣ ਇਹਨਾਂ ਦੀ ਜ਼ਬਾਨੀ ਹੀ ਸੁਣੇ ਨੇ, ਥੋੜ੍ਹਾ ਅੱਗੇ ਹੋਰ ਨਜ਼ਦੀਕ ਆਓ ਜੀ ਇਹਨਾਂ ਦੀ ਜ਼ਬਾਨ ਹੀ ਸੁਣੋ। ਗੱਲ ਮਸਲੇ ਹੈ ਭਾਈ ਜਾਨ, ਰੱਜ ਕੇ ਤੰਗ ਕੀਤਾ, ਰੱਜ ਕੇ ਤੰਗ ਕੀਤਾ ਸੋ ਸਾਡੇ ਗੱਲ ਸ਼ੁਭ ਜੀ ਗੇਟ ਕਰੋ ਬਫੌਤੀ ਹੋਈ ਪਈ ਹੈ। ਮੈਂ ਤੁਹਾਨੂੰ ਸੱਚੀ ਦੀ ਗੱਲ ਦੱਸਾਂ, ਅਮਾ ਨਹੀਂ ਵੱਖਰਾ ਪਰੇਸ਼ਾਨ ਹੋਣ, ਇਹ ਬੰਦਾ ਵੀ ਮੈਨੂੰ 24 ਘੰਟੇ ਪਰੇਸ਼ਾਨ, ਮੈਂ ਆਪ ਵੱਖਰਾ ਪਰੇਸ਼ਾਨ। ਦਿਹਾੜੀ 63 ਚਲੇਦੀ ਹੈ ਅਤੇ ਰਾਤੀ ਮੰਜੀ ਫਿਰਦੀ ਰਹਿੰਦੀ, ਪੈਸੇ ਲਾਏ ਬਿਸਤੀ ਰੱਜ ਕੇ ਪਈ ਹੁੰਦੀ ਹੈ। ਹੋਰ ਚੀਜ਼ ਛੱਡੋ ਜਿਹਦੇ ਵੀ ਗਏ ਪੈਸੇ ਖਸਮਾ ਕਹਿਣ ਨੂੰ, ਮਸਲੇ ਚੀਜ਼ ਦਾ ਬਦਨਾਮੀ ਰਾਜ ਕਾ ਬਹਿਣਾ ਬਿਰਾਵਾਂ ਵਿੱਚ ਬਾਈ ਇਹਨਾਂ ਮਸ਼ੀਨ ਆਉਂਦੀ ਤਾਂ ਟੋਟੇ 'ਚ ਬਹਿੰਦੇ ਆ ਤਾਂ ਫੇਰਾ ਮਰੇਨੇ ਤਾਂ ਫਿਰ ਮਕੈਨਿਕ ਕੋਲ ਬਲ ਕਸਰ ਜਾਣ ਹਰ ਬੰਦਾ ਕਹਿ ਰਿਹਾ, ਇੱਕ ਬੰਦਾ ਨਹੀਂ ਕਹਿ ਰਿਹਾ, ਉਹ ਤਾਂ ਬਹਿੰਦੇ ਮਾਰਕੀਟ 'ਚ ਬਹਿੰਦੇ ਆ, ਉਹ ਇਹੀ ਬਦਲੀ ਕਰੋ ਤੁਹਾਡਾ ਠੀਕ ਹੋਵੇ ਸੀ ਕੰਮ, ਇਹ ਦੇਸੀ ਲੱਗਾ ਪਿਆ। ਤੁਸੀਂ ਨਾ ਇਹ ਗੱਲ ਕੀਤੀ ਕਿ ਨਾਟਰ ਜਿਹੜਾ ਵਲੈਤੀ ਹੈ, ਆਈ ਸਾਹਿਬ ਕੋਲ ਵਲੈਤੀ ਲੱਗ ਗਿਆ, ਮੈਂ ਉਹਨੂੰ ਕਿਹਾ ਮੈਂ ਕਿਹਾ ਸਾਰੀ ਮਸ਼ੀਨ ਜੋ ਵੀ ਹੈ ਇਹ ਚੀਜ਼ ਵਲੈਤੀ ਲਾਉਣੀ ਹੈ ਜੀ, ਠੀਕ ਹੈ, ਸਮਝ ਨਹੀਂ ਉਸਨੇ ਹੀ ਲਾਈ। ਹੁਣ ਇਸ 'ਚ ਗੱਡੀਆਂ ਵੀ ਤੁਸੀਂ ਮਸ਼ੀਨ ਖੋਲਣੀ ਪਈ ਖੁੱਲਦੀ, ਮੈਂ ਦੱਸਦਾ ਪਿਆ ਉਹ ਮੈਂ ਆਪਣੀ ਕੱਪੀ ਹੈ, ਪੂਰਾ ਟੱਬਰ ਪੂਰਾ ਦਿਨ ਲੱਗਾ ਰਿਹਾ, ਗੱਡੀਆਂ ਬੰਦ ਰਿਹਾ, ਫਿਰ ਫਾਇਦਾ ਕੀ ਹੋਇਆ ਪੈਸੇ ਲਾਉਣ ਦਾ, ਕੋਈ ਫਾਇਦਾ ਨਹੀਂ। ਹੋਰ ਤੁਸੀਂ ਕੋਈ ਲੋਕਾਂ ਨੂੰ ਵੀ ਕੰਮ ਕੀਤਾ ਜਾਂ ਕੋਈ ਨਹੀਂ ਲੋਕਾਂ ਦਾ ਕਰਨਾ ਕੀ ਨਹੀਂ, ਮੈਂ ਹੈਸਪੋਰਟੀ 3 ਦਫ਼ਾ ਮਕੈਨਿਕ ਕੋ ਗਈ ਨਹੀਂ, ਇਹ ਟੋਟਾ ਕੱਪੇ ਪਏ ਨੇ ਜੀ, ਠੀਕ ਹੈ, ਅੱਜ ਤਕਰੀਬਨ 2 ਵਜੇ ਜਗ੍ਹਾ 2 ਵਜੇ ਜਗ੍ਹਾ ਇੱਕ ਕਿਲਾ ਜਿਹੜਾ ਉਹ 3 ਦਫ਼ਾ ਦੀ ਬਲਕਾ ਸਰ, ਉਸ ਨੂੰ ਪਤਾ ਕਿੰਨਾ ਬਲਕਾ ਸਰ ਜਾਣਾ ਸੁਬਹ ਤੋਂ ਲੈ ਕੇ ਸ਼ਾਮ ਤੱਕ, ਇੱਕ ਦਿਨ ਯਕੀਨ ਕਰੋ ਮੈਂ ਸੁਬਹ 7 ਵਜੇ ਦੁਕਾਨ ਤੱਕ ਗਏ, ਰੋਜ਼ਾ ਮੈਂ ਦੁਕਾਨ ਤੋਂ ਖੁੱਲ ਗਿਆ ਨਹੀਂ ਜੀ, ਠੀਕ ਹੈ, ਪੂਰਾ ਦਿਨ ਤਾਂ ਪਰੇਸ਼ਾਨੀ ਰੱਜ ਗਏ, ਪੈਸੇ ਰੱਜ ਕੇ ਦਿੱਤੇ ਉਹਨਾਂ ਮੰਗੇ ਨਾ। ਤੁਸੀਂ ਆਪਣਾ ਨੰਬਰ ਬੋਲੋ, ਕੋਈ ਵੀ ਦੋਸਤ ਹੈ ਜਾਂ ਅਗਰ ਇਲਿਆਸ ਵੀ ਵੀਡੀਓ ਵੇਖਣਾ ਪਿਆ ਜਾਂ ਕੋਈ ਵੀ ਦੋਸਤ ਹੈ ਜਿਹੜਾ ਇਲਿਆਸ ਆ ਜਾਣਨਾ ਤੇ ਉਹ ਇਹ ਵੀਡੀਓ ਸਾਂ ਵਿਖਾਏ ਜੀ, ਉਸਾਂ ਸ਼ੇਅਰ ਕਰੇ ਜੀ ਵੀਡੀਓ, ਤਾਂ ਕਿ ਇਹਨਾਂ ਦੀ ਆਵਾਜ਼ ਜਿਹੜੀ ਉਸ ਤੱਕ ਪਹੁੰਚੇ ਕਿ ਮੈਂ ਕੀ ਕੁਝ ਕੀਤਾ ਜ਼ਮੀਨਦਾਰ ਨਾਲ। ਲੇਕਿਨ ਇੱਕ ਗੱਲ ਮੈਂ ਹੋਰ ਵੀ ਗੱਲ ਕਰ ਦੇਣਾ ਕਿ ਮੈਂਡਾ ਯਕੀਨ ਹੈ, ਮੈਂਡਾ ਇੱਕ ਯਕੀਨ ਹੈ ਕਿ ਅਗਰ ਕੋਈ ਵੀ ਬੰਦਾ ਕੋਈ ਵੀ ਫਰਮ ਜ਼ਮੀਨਦਾਰ ਨਾਲ ਉਹ ਗਲਤ ਬਿਆਨੀ ਕਰੇ ਸੀ, ਉਸ ਨਾਲ ਤਾਵਨ ਨਾ ਕਰੇ ਸੀ, ਤੇ ਉਹ ਫਰਮ ਵੀ ਕਿਸੇ ਵਕਤ ਵੀ ਕਾਮਯਾਬ ਨਹੀਂ ਹੋ ਸਕਣੀ। ਇਹ ਬਿਲਕੁਲ ਗਰੰਟੀ ਸ਼ੁਦਾ ਗੱਲ ਹੈ। ਇਸ ਵਾਸਤੇ ਮੈਂ ਗੱਲ ਪੈ ਕਰਨਾ ਕਿ ਜ਼ਮੀਨਦਾਰ ਜਿਸ ਤਰ੍ਹਾਂ ਖੂਨ ਪਸੀਨਾ ਇੱਕ ਕਰਕੇ ਉਹ ਪੈਸਾ ਕਮਾਉਣਾ, ਅਤੇ ਉਸ 'ਚ ਕੋਈ ਇੱਕ ਪੈਸੇ ਨਹੀਂ ਵੀ ਉਹ ਹਰਾਮ ਨਹੀਂ ਕਮਾਈ ਨਹੀਂ ਹੋਣੀ, ਅਤੇ ਅਗਰ ਅਗਲਾ ਬੰਦਾ ਉਸ ਨਾਲ ਕਰੇ ਸੀ ਤਾਂ ਜ਼ਰੂਰ ਉਹ ਧੋਖਾ ਖਾ ਸੀ, ਅਗਲਾ ਬੰਦਾ ਬਰਬਾਦ ਬਿਲਕੁਲ ਉਹ ਬਰਬਾਦ ਹੋ ਸੀ। ਇਹ ਕਿਸੇ ਸੂਰਤ ਨਹੀਂ ਹੋ ਸਕਣਾ ਕਿ ਉਹ ਵੀ ਜਿਹੜਾ ਉਹ ਇਹ ਪੈਸਾ ਅਗਰ ਉਸ 5 ਲੱਖ ਰੁਪਏ ਚਾਹ ਗਏ ਦਾ ਤਾਂ ਇਹ ਨਹੀਂ ਹੋ ਸਕਣਾ ਕਿ ਉਹ ਸਕੂਨ ਕਰੇ, ਉਹ ਵੀ ਸਕੂਨ ਨਹੀਂ ਕਰੇ ਨਾ, ਕਿਉਂਕਿ ਜ਼ਮੀਨਦਾਰ ਨੇ ਪੈਸਾ ਉਸ ਖਾਧਾ, ਜ਼ਮੀਨਦਾਰ ਨਾਲ ਉਸ ਜ਼ਿਆਦੀ ਕੀਤੀ, ਅਤੇ ਇਸ ਵਾਸਤੇ ਅੱਲਾ ਦੀ ਜ਼ਾਤ ਜਿਹੜੀ ਉਹ ਹੱਕ ਸੱਚ ਨਾ ਉਹ ਫੈਸਲਾ ਕਰਨ ਵਾਲੀ। ਅਤੇ ਮਜ਼ੀਦ ਤੁਸੀਂ ਆਪਣਾ ਨੰਬਰ ਵੀ ਬੋਲੋ, ਕੋਈ ਦੋਸਤ ਵੀ ਰਾਬਤਾ ਕਰੇ ਤਾਂ 0333 ਹਾਂਜੀ 868 5584 ਨਾਮ ਮੈਡਮ ਮੁਹੰਮਦ ਇਸਲਾਮ ਹੈ ਜੀ, ਠੀਕ ਹੈ, ਸਮਝ ਨਹੀਂ ਕੋਈ ਬੈਣ ਬਰਾ ਵੀ ਇਸ ਮਸ਼ੀਨਾਂ 'ਤੇ ਨਹੀਂ ਜਾਣਾ ਚਾਹੀਦਾ। ਜਿਸ ਬੰਦੇ ਵਾਟ ਹੀ ਨਹੀਂ ਪੁੱਛੀ, ਇੱਕ ਦਿਨ ਵੀ ਆ ਕੇ ਮੈਂ ਮਾੜੀ ਮਸ਼ੀਨ ਗਈ ਆ, ਫੋਨ ਕੀਤਾ ਗਿਆ ਇਹ ਹਾਜੀ ਸਾਹਿਬ ਵਿੱਚ, ਇਹ ਹਾਜੀ ਸਾਹਿਬ ਨਾਲ ਵੀ ਫੋਨ ਕੀਤਾ ਬਈ ਯਾਰ ਤੂੰ ਉਹਨਾਂ ਦੀ ਗੱਲ ਸੁਣੋ, ਉਸ ਸ਼ਖਸ ਨਹੀਂ ਆਇਆ, ਹਾਲਾਂ ਥੋੜ੍ਹੀ ਮੈਂ ਫੋਨ ਨਹੀਂ ਕੀਤਾ, ਮੈਂ ਮੇਰੀ ਮਸ਼ੀਨ ਗਈ, ਅਗਲੇ ਪਰੇਸ਼ਾਨ ਹੈ ਕਿਉਂ ਨਹੀਂ ਜੀ, ਠੀਕ ਹੈ। ਹੁਣ ਮਜ਼ੀਦ ਹਾਜੀ ਸਾਹਿਬ ਨਾਲ ਗੱਲ ਕਰੇ ਨੇ ਜੀ, ਇਹ ਵੀ ਦੱਸੇ ਨੇ ਕਿ ਕਿਹੜੇ ਕਿਹੜੇ ਮੁਆਹਦੇ ਹੋਏ ਅਤੇ ਜੋ ਕੁਝ ਵੀ ਗੱਲ ਕੀਤੀ ਜੀ, ਹਾਜੀ ਸਾਹਿਬ ਆਪਣੀ ਜ਼ਬਾਨੀ ਦੱਸੇ ਨੇ ਜੀ। ਪਹਿਲੇ ਅਸੀਂ ਗਏ ਉਹਨਾਂ ਨਾਲ ਮਸ਼ੀਨ ਦੀ ਗੱਲ ਕੀਤੀ ਹੈ, ਉਹਨੇ ਆਖਿਆ ਜੀ ਮੈਂ 5 ਲੱਖ ਰੁਪਏ ਲਵਾਂਗਾ, ਮਸ਼ੀਨ ਅੱਛੀ ਮੈਂ ਬਣਾ ਕੇ ਦਿਆਂਗਾ ਤੁਹਾਨੂੰ। ਸਾਡੀ ਗੱਲ ਤਾਂ ਇਹ ਹੋ ਗਈ 5 ਲੱਖ ਰੁਪਏ 'ਚ 2 ਲੱਖ ਰੁਪਏ ਅਸੀਂ ਐਡਵਾਂਸ ਉਸਨੂੰ ਦੇ ਦਿੱਤਾ, ਬਾਕੀ ਉਸਨੂੰ ਕਿਹਾ ਮਸ਼ੀਨ ਤਿਆਰ ਕਰ, ਜਦੋਂ ਮਸ਼ੀਨ ਤਿਆਰ ਹੋ ਜਾਏ 2 ਲੱਖ ਰੁਪਏ ਤੈਨੂੰ ਫਿਰ ਦਿਆਂਗੇ, 1 ਲੱਖ ਰੁਪਏ ਅਸੀਂ ਤੈਨੂੰ ਮਸ਼ੀਨ ਆਪਣੇ ਡੇਰੇ 'ਤੇ ਚਲਾ ਕੇ ਚੈੱਕ ਕਰਕੇ ਦਿਆਂਗੇ। ਜਿਸ 'ਚ ਮਸ਼ੀਨ ਤਿਆਰ ਹੋ ਗਈ ਉਸ ਕੋਲ ਗਏ, ਉਸਨੇ ਆਖਿਆ ਜੀ ਮੈਨੂੰ ਸਾਰੇ ਪੈਸੇ ਪੂਰੇ ਦਿਓ। ਗੱਲ ਸਾਡੀ ਉਸਨੇ 4 ਲੱਖ ਰੁਪਏ ਦੀ ਹੋਈ ਸੀ, ਫਿਰ ਵੀ ਉਸਨੇ 4.5 ਅਸੀਂ ਦਿੱਤਾ, 50,000 ਰੱਖ ਲਿਆ। ਉਸਨੂੰ ਕਿਹਾ ਵੀ ਮਸ਼ੀਨ ਲਾ ਕੇ ਚਲਾ ਕੇ ਚੈੱਕ ਕਰਕੇ ਦੇਂਗਾ। ਉਹਨੂੰ ਅਸੀਂ ਫੋਨ ਕੀਤਾ, ਉਹ ਕਹਿੰਦਾ ਜੀ 3 ਦਿਨ ਬਾਅਦ ਆਵਾਂਗਾ। 3 ਦਿਨ ਬਾਅਦ ਫਿਰ ਫੋਨ ਕੀਤਾ, ਕਹਿੰਦਾ ਜੀ ਮੇਰੇ ਕੋਲ ਟਾਈਮ ਨਹੀਂ ਹੈ, ਉਹ ਆਇਆ ਹੀ ਨਹੀਂ ਮਸ਼ੀਨ 'ਤੇ ਸਾਡੇ ਕੋਲ ਇੱਥੇ ਆ ਕੇ, ਉਹਨੇ ਚੈੱਕ ਹੀ ਨਹੀਂ ਕੀਤਾ, ਲਿਹਾਜ਼ਾ ਇਹ ਸਾਨੂੰ ਬੜਾ ਪਰੇਸ਼ਾਨ ਕੀਤਾ ਉਸ। ਅਤੇ ਇਹਨਾਂ ਨਾਲ ਭਾਈਆਂ ਨਾਲ ਜਿਹੜੀ ਗੱਲ ਕਰਨ ਦਾ ਮਕਸਦ ਇਹ ਜੀ ਵੀ ਕੋਈ ਵੀ ਦੋਸਤ ਨਵਾਂ ਉਹ ਅਗਰ ਕੋਈ ਮਸ਼ੀਨ ਕੀਨਾ ਤਾਂ ਇਸੇ ਬੰਦੇ ਕੋਲ ਬਚੋ ਜੀ, ਬਿਲਕੁਲ। ਅਤੇ ਕੋਈ ਐਸਾ ਅੱਛਾ ਬੰਦਾ ਜਿਸ ਤਾਂ ਲੋਕ ਵੀ ਰਿਵਿਊ ਅੱਛਾ ਦੇਵਨ, ਉਸ ਭਲੇ ਵਜੋ ਲੋਕ ਵੀ ਜਿਸ ਨਾਲ ਰਿਵਿਊ ਅੱਛਾ ਦੇਵਨ। ਮੈਂ ਅੱਗੇ ਵੀ ਮੈਂ ਗਲਬਨ ਮਲੇਕਾਲਨੀ ਵੀਡੀਓ ਮੈਂ ਉੱਥੇ ਬਣਾਈ ਸੀ ਵਰਕਸ਼ਾਪ 'ਤੇ ਇਸ ਦਫ਼ਾ ਹੀ, ਅਤੇ ਮੈਂ ਕਲੀਅਰ ਗੱਲ ਕੀਤੀ ਦੋਸਤਾਂ ਨਾਲ ਕਿ ਦੋਸਤੋ ਇੱਕ ਨਵੀਂ ਮਸ਼ੀਨਰੀ ਉਸਾਂ ਤੁਸੀਂ ਪਹਿਲੇ ਚੱਲਣਾ ਵੇਖੋ,
उसां चलना वेखो, अगर तुसा नी मुतमिनी ते है तां उसने तुसी गहने नी फैसला करो, वरना बिल्कुल तुसी ना मशीन किनो, क्योंकि नवी चीज कोई भी जेड़ी तैयार होनी उसां एक बार एक दफा चलना जरूर वेखो। बाकी ई गल नहीं है कि मशीन होना फेल हो वैसी, इंशाल्लाह अल्लाह ने कम आया तो ई मशीन असी चल सही है जी, अल्लाह पाक खैरियत की थी, तो हुण भी असां कुछ एडजस्टमेंट मैं इसनी कीती, इंशाल्लाह बेहतर रिजल्ट इना इस मशीन ने दिव सही है। लेकिन जे कि इन्होंने जेड़े भी कम हैं वो मैं ना समझा देते हैं, नाटर ने कुछ कम करा वो भी मैं समझा देता, एक वर्कशॉप इन्हें मैं दस दी वो इंशाल्लाह उत्थे इन करा गई सन। बाकी कोई जी थोड़ी बहुत एडजस्टमेंट जी भी इन चैन नहीं जिब नहीं वो भी असं मौके की थी, हाई साहब भी नाल है, तकरीबन असा अद्धा पौना घंटा घंटा ला के असं एडजस्टमेंट की थी। तो ये अगर वो बंदा खुद आ वजह तो वो अगर इतने इन्हों को आके तो वो कुछ इन एडजस्टमेंट कर वजह तो इन्होंने एक हौसला अफजाई हो वजह इन भी मुतमिन हो वजह, बेशक मशीन कम पाते गलत ही करे नहीं रवे, लेकिन एक दफा उसका आना जोड़ा है वो बहुत जरूरी है, ताकि इन्होंने मुतमिनी हो वजह तो इन्होंने मुतमिनी ना ही उस अगले बंदे जोड़ा वो मजीद और उसकी मशीन को गिनया मजीद, इस दफा अगर उस चार मशीन बनाई तो अगले साल अठ दस में उसका आर्डर हो वजह, लिहाजा यो हम असी उसा मजीद असी तो इ एक आवाज़ ही पहुँचा सकते हैं लोगों अगे भी, तो उस अगे भी अल्लाह करे कि असड़ी आवाज़ सुने, क्योंकि फोन तो सड़े चैना नहीं पाया तो इन भाइयों ने भी नहीं चैना पाया, तो ये वीडियो के जरिए अल्लाह करे कि वह आवाज़ सुने तो ई उसा पता लगे कि मैं मशीन की पे करे नहीं, चलो उसने सुनी तो इंशाल्लाह होर लोग बड़े वेख सन, तो मजीद जरा इंशाल्लाह उसा पता लग पे इस वीडियो ने कि ई वीडियो जी असि जमीन में खो के बनाने पे हैं कि इस मशीन ने कितना असर उसते होया, इंशाल्लाह मजीद बिल्कुल इसका रिजल्ट वीडियो ना सी। तो हूँ इतने तुसने विराम मंगना जी इजाजत, रिक्वेस्ट ये कर सी जरा मेरा चैनल है इसे जरूर सब्सक्राइब करो, कोशिश यही होनी कि अच्छी अच्छी वीडियो दोस्तों ना शेयर करने रहा और अच्छी अच्छी गल्ला दसने रहा। हूँ भी आज ये स्पेशल मैं इस पिंड आया हाजी साहब हाँ गिन के तो इस मशीन से सिर्फ आने का मकसद ही है कि जेडे इन भाई तो फस गए तो मजीद कोई भाई अगे ना फसे, तो इंशाल्लाह होर भी मजीद कोशिश करें कि जेड़िया भी कोई मशीन नवी एक हूँ मलिक वाली मशीन रह गई सीजन भी एंड हो चुका, मैं कोशिश जरूर लगे पाया कि मैं उसकी भी वीडियो देवा, लेकिन कोई ऐसी मशीन मेरे सामने नहीं आनी पई कि कितने कितने मशीन सेल हो, लिहाजा अगर आई इंशाल्लाह तो सीजन जरूर मैं वीडियो देसा। एक और भी गल है, अगर वीडियो मैं ना बना सके तो जिस बंदे को मशीन हो ही बाद भी मैं पता लगा तो मैं उसने कॉल वाई के भी वीडियो सिंपल वीडियो उसकी गलबात जरूर शेयर करे सी वो मशीन कैसी है, ताकि मलिक वाली भी मशीन ना रिव्यू पता लगे लोगों के वो मशीन कैसा कम पी करे नहीं। बाकी मशीन जितनी भी हैं जी मैं कोशिश की कि पूरी जड़िया मशीन जितनी भी हैं उन्होंने मैं रिव्यू दोस्तों दिता, पहले वर्कशॉप भी वाई के बनाई वीडियो और बाद फील्ड भी वाई के बनाई, तो इंशाल्लाह जी असली काविश है वो इंशाल्लाह लोगों पसंद आसी, हक सच नहीं गल करनी झूठ नहीं मारना, इस वास्ते इन्होंने भाइयों ने नंबर भी दिता था कि कोई लोग इन्हों को भी पूछना चाहे तो जी बे डायरेक्ट पूछ गए हैं। तो ई अज ना जरा सफर है तकरीबन 35-40 किलोमीटर तो उसी तरह जी, तो स्पेशल अपना काम छोड़ के आए हैं जी इन्हों को और ये वीडियो दोस्तों ने शेयर की थी, तो हूँ इतने तुसा विराह मंगना जी इजाजत, वीडियो पसंद आवे तो लाइक और शेयर कर देना दोस्तों ना ज़्यादा तो ज़्यादा ये वीडियो ज़्यादा शेयर करनी जी, क्योंकि ये एक वीडियो ऐसी जेड़ा एक सबक है दूसरे बंदे वास्ते जेड़ा मजीद जेड़ा नवा दोस्त है मशीन कहने वाला उस वास्ते ये खास एक चीज़ है जेड़ी दसने वाली कि इस बंदे को जेड़ा अज वो एहतियात करो, अगर कोई ऐसा बंदा वहना भी आया तो उसका कोई ऐसा मुआहदा करो या पैसे घट तो घट दो घट तो घट दो बिल्कुल दो इस हिसाब ना दो कि अगर 5 लाख नहीं मुआहदा करने पे 2 लाख उसा दे दो 3 लाख मशीन पास करके दे भाई तो बाद 3 लाख दे दसा सही, तो उन अपना फायदा सोचे ने तो दूजे ने फायदा नहीं सोचे ने, तो इस वास्ते जी हूँ इतने तुसा ने विराम मंगना इजाजत, अल्लाह हाफिज़, पाकिस्तान जिंदाबाद।